ਤੋ ਅੱਜ ਅਸੀਂ ਜਾ ਰਹੇ ਹਾਂ ਮਨਸਾ ਦੇਵੀ। ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਮਨਸਾ ਦੇਵੀ ਮਾਤਾ, ਜੈ ਮਾਤਾ ਮਨਸਾ। ਲੈ ਵੀ ਆ ਗਏ ਮਾਤਾ ਦੇ। ਹਾਂਜੀ ਗਾਇਜ਼, ਆ ਗਏ ਮਨਸਾ ਦੇਵੀ ਮਾਤਾ ਦੇ। ਬਹੁਤ ਜ਼ਿਆਦਾ ਵਧੀਆ ਛੋਲੇ ਭਟੂਰੇ ਖਾ ਰਹੇ ਅਸੀਂ, ਕਿਵੇਂ ਟੇਸਟੀ ਹੈ। ਹੈਲੋ ਗਾਇਜ਼, ਵੈਲਕਮ ਟੂ ਮਾਈ ਨਿਊ ਵਲੌਗ। ਆਈ ਹੋਪ ਯੂ ਆਰ ਆਲ ਫਾਈਨ ਜੀ। ਦੋਸਤੋ ਅੱਜ ਅਸੀਂ ਜਾ ਰਹੇ ਹਾਂ ਆਪਣੀ ਕੁੱਲ ਮਾਤਾ ਜੀ ਦੇ ਮਨਸਾ ਦੇਵੀ ਪੰਚਕੂਲੇ ਜਾ ਰਹੇ ਹਾਂ ਦੋਸਤੋ, ਆਪਣੀ ਫੈਮਿਲੀ ਨਾਲ ਜਾ ਰਿਹਾ ਮੈਂ ਅਤੇ ਡੈਡੀ ਨੇ ਅਤੇ ਮੇਰੀ ਵਾਈਫ ਹੈ ਅਤੇ ਉਹ ਤੋਂ ਬਾਅਦ ਚੱਲਾਂਗੇ, ਤੁਹਾਨੂੰ ਦਿਖਾਣਾ ਸਾਰਾ ਦਿਖਾਊਂਗਾ, ਮਤਲਬ ਵਲੌਗ ਰਹੇਗਾ ਪੂਰਾ, ਇੱਕ ਪੂਰਾ ਵਲੌਗ ਬਣਾਉਣ ਦੀ ਕੋਸ਼ਿਸ਼ ਕਰੂੰਗਾ, ਐਂਡ ਤੱਕ ਬਣੇ ਰਹੋ ਵੀਡੀਓ 'ਚ ਅਤੇ ਕਮੈਂਟ ਕਰਕੇ ਜ਼ਰੂਰ ਲਾਇਆ ਕਰੋ। ਅਤੇ ਮਤਲਬ ਸਾਡੀ ਕੁੱਲ ਮਾਤਾ ਅੱਜ ਸਹਿਯੋਗ ਬਣਿਆ ਮਾਤਾ ਦੀ ਜੁੱਠੀ ਹੈਗੀ ਅਤੇ ਚੱਲਾਂਗੇ ਮਨਸਾ ਦੇਵੀ ਅਤੇ ਚਲੋ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ। ਰੋਡ ਦਾ ਬੁਰਾ ਹਾਲ ਆ ਗਿਆ ਨਾ ਬਹੁਤ ਜ਼ਿਆਦਾ, ਗੋਬਿੰਦਗੜ੍ਹ ਤੱਕ ਤਾਂ ਸੜਕ ਦੇਖਿਓ ਬਹੁਤ ਜ਼ਿਆਦਾ ਟੁੱਟੀ ਹੋਈ ਹੈ। ਹੈਲੋ, ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ, ਮਾਤਾ ਦੀ ਚਿੱਠੀ ਆਈ ਹੈ। ਅਸੀਂ ਜਾ ਰਹੇ ਹਾਂ ਮਨਸਾ ਦੇਵੀ ਮਾਤਾ ਦੇ, ਲੋਕ ਨਾ ਜਾ ਰਹੇ ਵੀ ਸਹੀ ਗੱਲ ਹੈ, ਕੁੱਲ ਮਾਤਾ ਦੇ ਚੰਡੀਗੜ੍ਹ ਨੂੰ ਜਾਣਾ ਹੋਣਾ ਸਰਾਂਦ ਰੋਡ। ਅਸੀਂ ਇਹ ਰਸਤਾ ਭਾਈ ਮੈਂ 30 ਸਾਲ ਪਹਿਲਾਂ ਸਕੂਟਰ ਦੇ ਉੱਤੇ ਜਾਇਆ ਕਰਦੇ ਸੀ, ਜਿਹੜਾ ਬਸੀ ਮੰਮੀ ਦੇ ਨਾਲ ਸੀ ਵੀ ਮੰਮੀ ਨਾਲ ਨਾਲ ਚੰਦਰ ਬੋਲ ਦੀ ਮੰਮੀ, ਉਹਦਾ ਟਾਈਮ ਹੈ ਬਹੁਤ ਵਧੀਆ ਟਾਈਮ ਸੀਗਾ, ਸਿੰਗਲ ਰੋਡ ਸੀ, ਆ ਸਿੰਗਲ ਰੋਡ ਤੋਂ ਡਬਲ ਰੋਡ ਬਣ ਗਿਆ, ਬਹੁਤ ਰਸ਼ ਹੁੰਦਾ ਸੀਗਾ। ਹਾਂਜੀ, ਉਹ ਸਰਕਾਰ ਨੇ ਡਬਲ ਬਣਾਤਾ, ਚੰਗੀ ਗੱਲ ਹੈ, ਚੰਗੀ ਗੱਲ ਹੈ, ਇਹ ਗੱਡੀਆਂ ਜਾ ਰਹੀਆਂ ਨੇ ਥਲਾ ਥਲ। ਪੂਜਾ ਸਥਲ ਬੋਰਡ ਆਪਕਾ ਹਾਰਦਿਕ ਸਵਾਗਤ ਕਰਤਾ। ਹਾਂਜੀ ਗਾਇਜ਼, ਪਹੁੰਚ ਗਏ ਮਾਤਾ ਮਨਸਾ ਦੇਵੀ ਦੇ ਮੰਦਰ, ਇੱਧਰ ਪਾਰਕਿੰਗ 'ਚ ਖੜ੍ਹੇ ਸੀ, ਗੱਡੀ ਲਾਤੀ ਇੱਧਰ ਅਤੇ ਅੰਦਰ ਚੱਲਦੇ ਆਪਾਂ, ਤੁਹਾਨੂੰ ਮੰਦਰ ਦਿਖਾਉਂਦੇ ਹਾਂ ਜਾ ਕੇ, ਅੰਦਰ ਚੱਲਦੇ ਹਾਂ ਕਿ ਮਾਤਾ ਦੇ ਮੰਦਰ ਡੈਡੀ ਖੜ੍ਹੇ ਨੇ। ਪਹੁੰਚ ਗਈ ਰੀਤੂ ਮੰਦਰ ਅਤੇ ਇੱਧਰ ਬਹਿ ਰਿਹਾ, ਹੁਣ ਮਾਤਾ ਦੇ ਦਰਬਾਰ ਬਾਅਦ ਚੱਲਦੇ ਹਾਂ ਮੱਥਾ ਟੇਕਦੇ, ਸ਼ਾਂਤੀ ਮਿਲ ਗਈ ਮਨ ਨੂੰ। ਲਈ ਕੌਫੀ, ਕੌਫੀ ਫਲੇਵਰ ਹੈ ਗਾੜੀ ਖੜੇ ਦਾ। ਪਹੁੰਚ ਗਏ, ਜਾ ਰਹੇ ਇੱਧਰ ਡਿਸਪੈਂਸਰੀ ਮਨਸਾ ਦੇਵੀ ਮਾਤਾ ਦੇ, ਅਤੇ ਕਾਫੀ ਲੋਕ ਆ ਰਹੇ ਹੈ ਨਾ, ਰੌਣਕ ਪੂਰੀ ਆ ਰਹੇ, ਪੈਰ ਦਾ ਮੌਸਮ ਨਾਲ ਧੁੱਪ ਵਧੀਆ, ਫਿਰ ਮੈਚ ਵੀ ਮੌਸਮ ਇੱਕਦਮ ਪਲਾਨ ਬਣਿਆ, ਮਾਤਾ ਦਾ ਬੁਲਾਵਾ ਆ ਰਿਹਾ ਹਨਾ, ਰੀਤੂ ਦਾ ਪਲਾਨ ਬਣਾ ਲਿਆ ਰੀਤੂ ਨੇ, ਮਨਸਾ ਦੇਵੀ ਚੱਲਦਾ ਵਧੀਆ ਫੁੱਲ ਮਾਤਾ। ਹਾਂ ਜਿਹੜੀ ਇੱਧਰ ਨੂੰ ਜਾ ਰਹੇ ਲੋਕ, ਮਤਮ
ਪਹੁੰਚ ਗਏ ਇੱਧਰ, ਭੋਗ ਲੈ ਲਿਆ, ਭੋਗ ਲੈ ਲਿਆ ਇੱਧਰ ਪਿੱਛੇ ਗਾੜੀ ਦੇ ਸ਼ਿੰਗਾਰ ਦਾ ਸੁਣਾਓ, ਇੱਧਰ ਭੋਗ ਵਗੈਰਾ ਹਾਰ ਇੱਥੇ ਭੋਗ ਮਿਲਦਾ, ਮਾਰਕੀਟ ਬਣੀ ਇੱਧਰ, ਖਾਣ ਪੀਣ ਨੂੰ ਵੀ ਹੈ। ਇੱਧਰ ਖੜਾ ਸੀ ਮੈਂ, ਆਪਣੇ ਚਮੜੇ ਦਾ ਹੈ ਨਹੀਂ, ਕੱਪੜੇ ਚੀਜ਼ਾਂ ਹੈਗੀਆਂ। ਮੰਦਿਰ ਜਾਣੇ ਦਾ ਰਸਤਾ ਉੱਧਰ ਰੈਡੀ ਹੋ ਰਿਹਾ, ਲੈ ਵੀ ਆ ਗਏ ਮਾਤਾ ਦੇ, ਇੱਧਰੋਂ ਮਰਜ਼ੀ, ਇੱਧਰੋਂ 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 ਅਤੇ ਇਹ ਰਹੀ ਟੀ ਵੀ 'ਚ ਮਾਤਾ ਦੇ ਦਰਸ਼ਨ ਕਰੋ, ਇਹ ਰਹੇ ਜੈ ਮਾਤਾ ਦੀ। ਥੋੜੀਆਂ ਬੜੀਆਂ ਵਧੀਆ ਸੈਰ ਹੋ ਜੂ। ਇਹ ਆ ਗਿਆ ਮਾਤਾ ਦਾ ਦਰਬਾਰ, ਇਹ ਆ ਗਿਆ ਮਾਤਾ ਦਰਬਾਰ। ਹਾਂਜੀ ਗਾਇਜ਼, ਆ ਗਏ ਮਾਨਸਾ ਦੀ ਮਾਤਾ ਦੇ, ਰਾਈਟ ਹੈਂਡ ਸਾਈਡ ਬੈਠੇ ਮੰਦਰ ਦੇ, ਅਤੇ ਸ਼ੀਸ਼ੇ ਦੀ ਲੱਗੀ ਹੈ ਗਰੀਲਿੰਗ ਵਗੈਰਾ, ਵਧੀਆ ਸ਼ੀਸ਼ਾ ਲੱਗਿਆ, ਮੈਂ ਟੱਚ ਨਹੀਂ ਕਰ ਸਕਦੇ ਪਰ ਬਾਹਰੇ ਚੌਂਕੀ ਭਰ ਰਿਹਾ ਮਾਤਾ ਦੇ ਬੈਠ ਕੇ। ਉੱਧਰ ਬੈਠੀ ਰੀਤੂ, ਹੋ ਗਏ ਦਰਸ਼ਨ ਵਧੀਆ, ਬੜੇ ਪੈਸੇ ਕਰਕੇ ਮਾਤਾ ਵਾਧਾ ਕਰ ਰਹੀ ਹੈ, ਮਨੋਕਾਮਨਾਵਾਂ ਪੂਰੀਆਂ ਕਰੀ ਮਾਤਾ ਸਭ ਦੀਆਂ। ਜੈ ਮਾਨਸਾ ਦੇ, ਸਦਾ ਹੀ ਜੈ, ਜੈ ਮਾਨਸਾ। ਜੈ ਮਾਨਸਾ ਦੇਵੀ ਮਾਤਾ, ਅਤੇ ਮਾਤਾ ਦੇ ਦਰਸ਼ਨ ਬਹੁਤ ਵਧੀਆ ਹੋ ਗਏ। ਉੱਥੇ ਖੜੇ ਸੀਗੇ ਅਸੀਂ ਮਾਨਸਾ ਦੇਵੀ ਮੰਦਰ, ਮਾਤਾ ਦੇ ਮੰਦਰ ਦੇ ਬਾਹਰ ਨਾਲ ਹੀ ਮਤਲਬ ਜਗ੍ਹਾ ਬਣੀ ਹੈ ਨਾ, ਮੂਹਰੇ ਸ਼ੀਸ਼ਾ ਲੱਗਿਆ ਹੋਇਆ, ਰੰਗਵਲੀ ਦਾ ਮੰਦਰ, ਅਤੇ ਇੱਧਰ ਮਾਤਾ ਦਾ ਇੱਧਰ ਮੰਦਰ ਆਏ ਸੀ ਅਸੀਂ ਮਾਨਸਾ ਦੇਵੀ, ਅਤੇ ਮੱਥਾ ਟੇਕ ਲਿਆ, ਬਹੁਤ ਹੀ ਦਰਸ਼ਨ ਹੋ ਗਏ। ਇਹ ਮੰਦਰ ਹੈ ਮਾਤਾ ਦਾ ਉੱਪਰ ਮੇਨ, ਚਲੋ ਕੋਈ ਨਹੀਂ।
ਤੇ ਪਟਿਆਲਾ ਮੰਦਿਰ ਹੈ ਮਨਸਾ ਦੇਵੀ ਮਾਤਾ ਦੇ ਅੰਦਰ, ਤੇ ਇੱਧਰ ਭੰਡਾਰ ਗ੍ਰਹਿ ਆ, ਰੋਟੀ ਪਾਣੀ ਖਾਂਦੇ ਲੋਕ, ਭੰਡਾਰਾ ਮਾਤਾ ਚੱਲਦਾ। ਜੈ ਮਾਤਾ ਦੀ। ਆ ਗਏ ਮਾਤਾ ਦੇ ਦਰਬਾਰ, ਇੱਥੇ ਹੀ ਮੱਥਾ ਟੇਕਦੇ ਹਾਂ। ਜੈ ਮਾਤਾ ਦੀ। ਮੰਦਿਰ ਦੇ ਨਾਲ ਨਾਲ ਸਾਰਾ ਪਾਰਕ ਹੈ, ਇੱਧਰ ਸਾਰਾ ਪਾਰਕ, ਇੱਧਰ ਪਿੱਛੇ ਮੱਥਾ ਟੇਕ ਆਏ ਸੀ, ਘਰ ਨੰਦ ਜੀ ਮੱਥਾ ਟੇਕ ਲਿਆ, ਤੇ ਹੁਣ ਬਸ ਜਾ ਰਹੇ ਹਾਂ ਨੀਚੇ ਨੂੰ। ਬਹੁਤ ਸੋਹਣਾ ਲੱਗੇ ਇੱਥੇ, ਜਾ ਰਹੇ ਅਸੀਂ ਇੱਧਰ ਨੀਚੇ। ਜੈ ਮਾਤਾ ਦੀ। ਇੱਧਰ ਅੱਛਾ ਮਾਤਾ ਦੀ ਮੇਨ ਮੰਦਿਰ, ਇੱਧਰ ਚੱਲਦੇ ਕਾਫੀ ਪੁਰਾਣਾ ਨਾ, ਇਸ ਲਈ ਲਿਖਿਆ ਵਾ ਵੀ ਪਿੱਪਲ ਵੀ ਗਿਰਨੇ ਦਾ ਡਰ। ਤੇ ਇੱਧਰ ਆਪਣੇ ਲਿਫਟ ਵਿੱਚ ਜਾਣ ਲਈ ਰਸਤਾ ਇੱਧਰ, ਤੇ ਆਪਣੇ ਪੌੜੀਆਂ ਵਾਸਤੇ ਇੱਧਰ ਵਾਲਾ ਰਸਤਾ, ਜਿਹੜੇ ਰਸਤੇ ਅਸੀਂ ਆਏ ਹਾਂ। ਮਨਸਾ ਦੇਵੀ ਮਾਤਾ ਦਾ ਮੰਦਿਰ ਕਿੰਨਾ ਕੁ ਮਤਲਬ ਖੁਸ਼ ਹੋਇਆ ਮਨ, ਹੈਨਾ, ਬਹੁਤ ਵਧੀਆ। ਹਾਂਜੀ ਗਾਇਜ਼, ਮੱਥਾ ਟੇਕ ਲਿਆ ਮਨਸਾ ਦੇਵੀ ਮਾਤਾ ਦੇ, ਤੇ ਇੱਧਰ ਉਹਨੂੰ ਸ਼ੌਪਸ ਵਗੈਰਾ ਨੇ, ਇੱਥੇ ਖੜੇ ਸੀ ਹੁਣ ਨੀਚੇ ਮੱਥਾ ਟੇਕਿਆ ਉੱਪਰ, ਬਹੁਤ ਵਧੀਆ ਦਰਸ਼ਨ ਹੋ ਗਏ ਸਾਨੂੰ। ਇਹ ਮਾਤਾ ਦਾ ਮੇਨ ਮੁੱਖ ਦੁਆਰ ਹੈ, ਜਿੱਥੋਂ ਲੋਕ ਇੱਧਰ ਸਾਈਡ 'ਤੇ ਲਿਫਟ ਹੈ, ਅਤੇ ਇੱਧਰੋਂ ਜਾਂਦੇ ਨੇ ਪੈਦਲ ਪੌੜੀ ਚੜ੍ਹ ਕੇ, ਅਤੇ ਇੱਧਰ ਬਣਿਆ ਹੈ ਸਾਰਾ ਭੋਗ ਵਗੈਰਾ, ਅਤੇ ਲੋਕ ਖਰੀਦ ਲੈਂਦੇ ਨੇ, ਆਈਟਮਾਂ ਵੀ ਖਰੀਦ ਲੈਂਦੇ ਕੁਛ, ਜਿਵੇਂ ਛੋਟੇ ਛੋਟੇ ਬੱਚਿਆਂ ਦਾ ਹੋ ਗਿਆ ਸਮਾਨ, ਲੇਡੀਜ਼ ਦਾ ਹੋ ਗਿਆ ਸਮਾਨ, ਕੋਸਮੈਟਿਕ ਵਗੈਰਾ। ਇੱਥੇ ਖੜੇ ਸੀਗੇ ਵੀ, ਰੀਤੂ ਭਟੂਰੇ ਖਾ ਰਹੀ ਹੈ, ਟੇਸਟੀ ਹੈ, ਪਤਲੇ ਵੀ ਦਿੰਦੇ ਨੇ ਨਾ, ਵਧੀਆ। ਰਾਤ ਦਾ ਅਸੀਂ ਖਾਣਾ ਕਰ ਲਿਆ, ਭਟੂਰੇ ਖਾ ਰਹੇ ਅਸੀਂ, ਕਿਵੇਂ ਟੇਸਟੀ ਹੈ।